ਜਿਹੜੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੈਟਾਗਰੀ ਆ ਜਿਹੜੀ ਬਿਲਕੁਲ ਗਲਤ ਵਾ। ਅਸੀਂ ਇੰਨੀਆਂ ਪੜ੍ਹਾਈਆਂ ਕਰਕੇ ਐਮਐਸਸੀ ਪੀਐਚਡੀ ਵੀ ਹੈਗੇ ਨੇ ਵਿੱਚ ਜਿਹੜੇ ਕਰਕੇ ਉਹ ਸਾਨੂੰ ਕੈਟਾਗਰੀ ਵਿੱਚ ਸੀ ਵਿੱਚ ਰੱਖਿਆ ਗਿਆ, ਇਹ ਬਹੁਤ ਗਲਤ ਗੱਲ ਆ। ਅਸੀਂ ਇਹ ਅਲੱਗ ਤਰੀਕਾ ਤਾਂ ਅਪਣਾਇਆ, ਸਾਨੂੰ ਇਹ ਆ ਵੀ ਸਾਡੀ ਆਵਾਜ਼ ਆ ਜਿਹੜੀ ਉਹ ਹੋਰ ਜ਼ਿਆਦਾ ਜਿਹੜੀ ਇਹ ਪੰਜਾਬ ਸਰਕਾਰ ਤੱਕ ਪਹੁੰਚੀ ਜਾ ਸਕੇ। ਇੱਕ ਪਾਸੇ ਸੀਐਮ ਚੰਨੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਦਾਅਵਾ ਕਰ ਰਹੇ ਨੇ ਤਾਂ ਦੂਜੇ ਪਾਸੇ ਵੱਖ ਵੱਖ ਥਾਵਾਂ 'ਤੇ ਸੀਐਮ ਚੰਨੀ ਦਾ ਵਿਰੋਧ ਵੀ ਹੋ ਰਿਹਾ ਅਤੇ ਅਜਿਹਾ ਕੁਝ ਵੇਖਣ ਨੂੰ ਮਿਲਿਆ ਰੂਪਨਗਰ ਦੇ ਵਿੱਚ ਜਿੱਥੇ ਸਟਾਫ ਨਰਸਾਂ ਦੇ ਵੱਲੋਂ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ। ਦਰਅਸਲ 6ਵੇਂ ਪੇ ਕਮਿਸ਼ਨ ਦੌਰਾਨ ਸਰਕਾਰ ਦੇ ਵੱਲੋਂ ਸਟਾਫ ਨਰਸਾਂ ਦੀ ਤਨਖਾਹ ਨੂੰ ਘਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਸਟਾਫ ਨਰਸਾਂ ਦੇ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਅੱਜ ਵੀ ਅਨੋਖੇ ਢੰਗ ਦੇ ਨਾਲ ਰੂਪਨਗਰ ਦੇ ਵਿੱਚ ਸਟਾਫ ਨਰਸਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਟਾਫ ਨਰਸਾਂ ਦੇ ਵੱਲੋਂ ਪ੍ਰਦਰਸ਼ਨ ਦੌਰਾਨ ਇੱਕ ਵੱਡੀ ਕਰੇਨ 'ਤੇ ਪੰਜਾਬ ਦੇ 3 ਮੰਤਰੀਆਂ ਦੇ ਪੁਤਲੇ ਟੰਗੇ ਗਏ ਅਤੇ ਉਸਨੂੰ ਸਾੜਦੇ ਹੋਏ ਪਿੱਠ ਸਿਆਪਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਸਟਾਫ ਨਰਸਾਂ ਦਾ ਇਹ ਕਹਿਣਾ ਕਿ ਜੇ ਉਹਨਾਂ ਦੀ ਮੰਗ ਨਾ ਸੁਣੀ ਗਈ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅਸੀਂ ਕਾਫੀ ਟਾਈਮ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਦੱਸ ਰਹੇ ਹਾਂ ਕਿ ਜਿਹੜਾ ਸਾਡਾ ਪੇ ਪੈਰਿਟੀ ਉਹ ਘਟਾ ਕੇ ਗ੍ਰੇਡ ਪੇ ਆ ਜਿਹੜਾ ਸਾਡਾ 4600 ਤੋਂ 3100 ਕਰ ਦਿੱਤਾ ਗਿਆ ਹੈ। ਜਿਹੜੀ ਸਾਡੀ ਕੈਟੇਗਰੀ ਸੀਗੀ ਪਹਿਲਾਂ ਬੀ ਸੀਗੀ, ਹੁਣ ਸਾਨੂੰ ਕੈਟੇਗਰੀ ਦੇ ਵਿੱਚ ਵੀ ਸੀ ਕਰ ਦਿੱਤਾ ਗਿਆ ਹੈ, ਪਰ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੈਟੇਗਰੀ ਆ ਜਿਹੜੀ ਬਿਲਕੁਲ ਗਲਤ ਵਾ। ਅਸੀਂ ਇੰਨੀਆਂ ਪੜ੍ਹਾਈਆਂ ਕਰਕੇ ਐਮਐਸਸੀ ਪੀਐਚਡੀ ਵੀ ਹੈਗੇ ਨੇ ਵਿੱਚ ਜਿਹੜੇ ਕਰਕੇ ਉਹ ਸਾਨੂੰ ਕੈਟੇਗਰੀ ਵਿੱਚ ਸੀ ਵਿੱਚ ਰੱਖਿਆ ਗਿਆ, ਇਹ ਬਹੁਤ ਗਲਤ ਗੱਲ ਆ। ਅਸੀਂ 6 ਤਰੀਕ ਤੋਂ ਲਗਾਤਾਰ ਧਰਨੇ ਦੇ ਬੈਠੇ ਹਾਂ, ਪਰ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਹੈਗੀ। ਅਸੀਂ 2-3 ਵਾਰੀ ਮੀਟਿੰਗ ਵੀ ਕੀਤੀ ਹੈ, ਪਰ ਸਾਡੀਆਂ ਮੀਟਿੰਗਾਂ ਦਾ ਕੋਈ ਬੇਸਿੱਟਾ ਰਹੀਆਂ ਮੀਟਿੰਗਾਂ। ਅਸੀਂ ਸਰਕਾਰ ਪੰਜਾਬ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਇਹ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਜਾਰੀ ਰਹੇਗਾ। ਅੱਜ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਇੱਥੇ ਤੁਸੀਂ? ਅੱਜ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਰੈਲੀ ਕੀਤੀ ਪਹਿਲਾਂ, ਉਸ ਤੋਂ ਬਾਅਦ ਅਸੀਂ ਇੱਥੇ ਪੁਤਲੇ ਸਾੜੇ ਨੇ। ਇਹ ਜਿਹੜਾ ਪੁਤਲੇ ਸਾੜਨ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ, ਇਹ ਸਿਰਫ ਅਸੀਂ ਆਪਣੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਸਾਰੀਆਂ ਜਾਇਜ਼ ਨੇ ਅਤੇ ਇਹ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਹ ਪੁਤਲੇ ਇੱਕ ਤਾਂ ਅਸੀਂ ਸਾਡੇ ਸੀਐਮ ਸਾਹਿਬ ਚੰਨੀ ਸਾਹਿਬ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਹੈ, ਇੱਕ ਸਾਡੇ ਹੈਲਥ ਮਿਨਿਸਟਰ ਨੇ ਜਿਹੜੇ ਓਪੀ ਸੋਨੀ ਜੀ ਉਹਨਾਂ ਦਾ, ਅਤੇ ਇੱਕ ਜਿਹੜੇ ਫਾਈਨੈਂਸ ਮਿਨਿਸਟਰ ਵਿੱਤ ਮੰਤਰੀ ਨੇ ਸਾਡੇ ਮਨਪ੍ਰੀਤ ਬਾਦਲ ਜੀ। ਅਸੀਂ ਇਹ ਅਲੱਗ ਤਰੀਕਾ ਤਾਂ ਅਪਣਾਇਆ, ਸਾਨੂੰ ਇਹ ਆ ਵੀ ਸਾਡੀ ਆਵਾਜ਼ ਆ ਜਿਹੜੀ ਉਹ ਹੋਰ ਜ਼ਿਆਦਾ ਜਿਹੜੀ ਇਹ ਪੰਜਾਬ ਸਰਕਾਰ ਤੱਕ ਪਹੁੰਚੀ ਜਾ ਸਕੇ। ਦੱਸ ਦਈਏ ਕਿ ਜਿਸ ਤਰ੍ਹਾਂ ਲਗਾਤਾਰ ਸਟਾਫ ਨਰਸਾਂ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਜਲਦੀ ਇਹਨਾਂ ਦਾ ਹੱਲ ਨਾ ਕੀਤਾ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।